ਪੰਜਾਬ ਸਰਕਾਰ ਨੇ ਪੰਜਾਬੀਆਂ ਦਾ ਤੇ ਸਿੱਖ ਇਤਿਹਾਸ ਨੂੰ ਬਿਲਕੁਲ ਹੀ ਆਪਣੇ ਐਜੂਕੇਸ਼ਨ ਸਿਸਟਮ ਚੋਂ ਡਿਲੀਟ ਕਰ ਦਿੱਤਾ। ਇੱਕ ਬਹੁਤ ਵੱਡਾ ਹਮਲਾ ਪੰਜਾਬੀਆਂ ਤੇ ਸਿੱਖ ਕੌਮ ਤੇ ਇਹਨਾਂ ਨੇ ਕੀਤਾ। ਜਿਹੜੇ ਦੇਸ਼ ਦਾ ਇਤਿਹਾਸ ਖਤਮ ਹੋ ਜਾਏ, ਜਿਹੜੇ ਸੂਬੇ ਦਾ ਇਤਿਹਾਸ ਖਤਮ ਹੋ ਜਾਏ, ਜਾਂ ਨੈਕਸਟ ਜਨਰੇਸ਼ਨ ਔਰ ਸੂਬਾ ਇਤਿਹਾਸ ਨਾ ਪੜ੍ਹੇ ਜਾਂ ਉਹਨਾਂ ਨੂੰ ਮੌਕਾ ਨਾ ਮਿਲੇ, ਉਹਨੂੰ ਨਾ ਤਾਂ ਲੋਕ ਮਾਫ ਕਰਦੇ ਆ, ਨਾ ਹਿਸਟੋਰੀਅਨਸ ਮਾਫ ਕਰਦੇ ਆ, ਨਾ ਉਹ ਕੌਮਾਂ ਤੇ ਦੇਸ਼ ਅੱਗੇ ਵੱਧਦੇ ਆ ਕਿ ਹੈਲਮਟ ਇੱਕ ਰਿਲੀਜੀਅਸ ਇਸ਼ੂ ਹੈ। ਸਿੱਖ ਕਮਿਊਨਿਟੀ ਕਿਤੇ ਹੈਲਮਟ ਨਹੀਂ ਪਾਉਂਦੀ, ਭਾਵੇਂ ਆਰਮੀ ਵਿੱਚ ਜਿਹੜੇ ਬੁਲੇਟ ਪਰੂਫ ਹੈਲਮਟਸ ਲੱਗੇ ਆ, ਪਰ ਜਿਹੜੇ ਸਿੱਖ ਸੋਲਜਰ ਉਹ ਪਗੜੀ ਬੰਨਦੇ ਆ। ਤਾਂ ਇੱਕ ਇਮੋਸ਼ਨਲ ਸੈਂਟੀਮੈਂਟਲ ਰਿਲੀਜੀਅਸ ਇਸ਼ੂ ਹੈ। ਅਤੇ ਇੱਥੇ ਆਹ ਜਿਹੜਾ ਨੋਟੀਫਿਕੇਸ਼ਨ ਨੂੰ ਚੇਂਜ ਕੀਤਾ ਜਾਏ, ਐਂਡ ਮਾਫੀਆ ਦਾ ਕਿੰਗ ਲਾਡੀ ਨੂੰ ਟਿਕਟ ਦੇ ਦਿੱਤੀ, ਇਹ ਤੋਂ ਵੱਡਾ ਸਬੂਤ ਕੀ ਚਾਹੀਦਾ ਕਿ ਸਰਕਾਰ ਸੈਨ ਮਾਫੀਆ ਦੀ ਕੰਟਰੋਲ 'ਚ ਹੈ ਅਤੇ ਸੈਨ ਮਾਫੀਆ ਨੂੰ ਪ੍ਰਮੋਟ ਕਰ ਰਹੀ ਹੈ। ਅਤੇ ਨੋਨ ਅਵੇਲੇਬਲ ਉਹਦੇ 'ਤੇ ਅਰੈਸਟ ਹੈ, ਹੀ ਸ਼ੁੱਡ ਬੀ ਇਮੀਡੀਏਟਲੀ ਅਰੈਸਟਡ।